ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਮਿੱਤਰੋ। ਅਤੇ ਅੱਜ ਵਲੌਗ ਲੈ ਕੇ ਹਾਜ਼ਰ ਹੋਇਆ। ਨਾਭੇ ਮੰਡੀ ਦੀ ਜਿਹੜੀ ਡੇਟ ਫਿਕਸ ਹੋਈ ਸੀ 8, 9, 10, 11, 12, ਅਤੇ ਇੱਧਰ ਮਗਰ ਮੇਰੇ ਸਰਪੰਚ ਸਾਹਿਬ ਵੀ ਆ ਗਏ ਨੇ ਅਤੇ ਅੰਦਰ ਹੀ ਚੱਲੇ ਨੇ। ਆਜੋ ਆਪਾਂ ਚੱਲਦੇ ਹਾਂ ਮੰਡੀ ਦੇ ਵਿੱਚ। ਮੰਡੀ ਦੀਆਂ ਚੱਲ ਰਹੀਆਂ ਨੇ ਤਿਆਰੀਆਂ ਪੂਰੀਆਂ ਅਤੇ ਸਰਪੰਚ ਸਾਹਿਬ ਨੂੰ ਗੇਟ ਖੋਲ੍ਹਦੀ। ਸਤਿ ਸ਼੍ਰੀ ਅਕਾਲ ਜੀ। ਮੰਡੀ ਦੀ ਜਿਹੜੀ ਹੁਣ ਹਾਲਤ ਆ ਉਹ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਆਪਣੇ ਘੋੜੇ ਪਸ਼ੂ ਪਾਲਕ ਵੀਰਾਂ ਨੇ ਦਿਨਾਂ ਦੇ ਵਿੱਚ ਇਹਨੂੰ ਜਮ੍ਹਾਂ ਸਫਾਈ ਕਰ ਦੇਣੀ ਹੈ। ਇਹਦੀ ਮੰਡੀ ਤੁਹਾਨੂੰ ਚਮਕਦੀ ਦੇਖੂਗੀ। ਅਤੇ ਬਾਕੀ ਦੇਖੋ ਇੱਧਰੋਂ ਰਿੰਗ ਦੇ ਵਿੱਚ ਕਿੰਨਾ ਕੱਖ ਵਗੈਰਾ ਖੜਿਆ ਹੈ ਨਾ। ਅਤੇ ਇੱਧਰ ਮੁੰਡੇ ਘੋੜੇ ਵਾਲੇ ਸਫਾਈ ਕਰੀ ਜਾਂਦੇ ਆ ਘੋੜਿਆਂ ਦੇ ਖੜ੍ਹਨ ਵਾਸਤੇ ਦੇਖੋ ਤੁਸੀਂ। ਅਤੇ ਜਿੱਥੇ ਆਪਣਾ ਇਮਰਾਨ ਘੋੜਾ, ਆਪਣੀ ਜੁਗਨੀ ਅਤੇ ਆਪਣੇ ਨੁਕਰੇ ਘੋੜੇ ਖੜ੍ਹਨਗੇ ਮਿੱਤਰ, ਉਹ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਪਿੱਛੇ। ਅਤੇ ਸਾਡਾ ਭਾਈ ਬਰਸੜ ਸਾਹਿਬ, ਮੇਰੀ ਮਾਸੀ ਦਾ ਮੁੰਡਾ। ਕਿਵੇਂ ਮਾਸੀ ਵਾਲੇ ਆ, ਕਿਸੇ ਹੋ? ਅਤੇ ਬਾਈ ਵੀ ਅੱਜ ਕੱਲ੍ਹ ਘੋੜਿਆਂ ਦੇ ਵਿੱਚ ਪੂਰਾ ਇੰਟਰਸਟ ਲੈਂਦਾ। ਇਹ ਵੀ ਕਹਿੰਦਾ ਮੈਂ ਡੰਡ ਲਾਉਣੇ ਸਟਾਰਟ ਕਰਨੇ ਨੇ ਕਿਉਂ। ਮੰਡੀ ਫਿਰ ਦਿਨਾਂ ਦੇ ਵਿੱਚ ਵੀਰੇ ਚਮਕਦੀ ਦੇਖੀ ਤੂੰ? ਦੋ ਦਿਨ ਬਾਅਦ ਦੇਖੀ ਇਹ ਤਾਂ। ਅੱਜ ਜਿਵੇਂ ਅਸੀਂ ਆ ਗਏ ਮਿੱਤਰ, ਤੇ ਉਧਰ ਬਾਈ ਹੋਣੀ ਆਏ ਹੋਏ ਆ, ਤੇ ਕੱਲ ਨੂੰ ਕੋਈ ਆ ਗਿਆ, ਪਰਸੋਂ ਕੋਈ, 8 ਤਰੀਕ ਤੋਂ ਪਹਿਲਾਂ ਤਾਂ ਪੂਰਾ ਘੈਂਟ ਮਾਹੌਲ ਬਣ ਜਾਣਾ ਉਰੇ। ਤੇ ਸੈੱਡ ਤੁਸੀਂ ਦੇਖੋ, ਬਾਕੀ ਆ ਪਾਣੀ ਦੀਆਂ ਖੁਰਲੀਆਂ ਵਗੈਰੀਆਂ, ਯਾਨੀ ਕਿ ਸਹੂਲਤਾਂ ਪੂਰੀਆਂ ਹੁੰਦੀਆਂ ਨੇ ਮੰਡੀ ਦੀਆਂ। ਤੇ ਹੋਰ ਸੁਣਾਓ ਬਾਬਾ ਜੀ, ਕੱਲੀ ਆਇਓ? ਕੱਲੇ ਆਇਆ ਕਹਿੰਦਾ, ਕੱਲੀ ਜਾਣਾ, ਕੱਲੇ ਜਾਣਾ। ਮੰਡੀ ਦੇ ਵਿੱਚ ਫਿਰ ਐਤਕੀ ਰੌਣਕ ਹੈ, ਪੂਰੇ 3-4 ਦਿਨ ਇੱਥੇ ਹੀ ਰਹਿਣਾ, ਠੀਕ ਆ? ਤੇ ਦੋਸਤੋ ਆਪਣਾ ਜਿਹੜੇ ਆਸਟ੍ਰੇਲੀਆ ਤੋਂ ਇੰਪੋਰਟ ਡੌਗ ਨੇ ਤਿੱਬਤਨ ਮੈਸਟਿਫ, ਉਹ ਵੀ ਲੈ ਕੇ ਆਵਾਂਗੇ। ਤੇ ਹੋਰ ਬਾਈ ਜੀ, ਤੇ ਸਾਰੇ ਆਉਣਗੇ, ਟੈਨਸ਼ਨ ਨਾ ਲੈ, ਹੈਨਾ? ਸਾਰਾ ਕੁਝ ਆਪਾਂ ਪੋਨੀ ਵਗੈਰਾ, ਯਾਨੀ ਕਿ ਉਰੇ ਫੁੱਲ ਰੌਣਕ ਲਾਵਾਂਗੇ। ਆਸਟ੍ਰੇਲੀਆ ਵਾਲੇ ਵੀ ਪਹੁੰਚ ਰਹੇ ਨੇ ਸਪੈਸ਼ਲ ਉਰੇ ਹਫਤੇ ਲਈ, ਠੀਕ ਹੈ? ਸਾਡੇ ਮਾਮੇ ਹੋਣੀ ਵੀ ਆਉਣ ਵਾਲੇ ਆ, ਤੇ ਉਹ ਵੀ ਮੰਡੀ ਦੇ ਉੱਤੇ ਘੁੰਮਣ ਆ ਰਹੇ ਨੇ, ਸਪੈਸ਼ਲ ਸਪੈਸ਼ਲ ਆ ਰਹੇ ਨੇ। ਇੱਥੇ ਆਪਣੀ ਜਗ੍ਹਾ, ਅਟਾਲੀਆਂ ਵਗੈਰਾ ਥੱਲੇ ਉਰੇ ਆਪਣੇ ਪਿੰਜਰੇ ਲੱਗਣਗੇ ਪੋਨੀਆਂ ਦੇ, ਇੱਥੇ ਟੈਂਟ ਲੱਗੂਗਾ ਬੈਠਣ ਲਈ। ਤੇ ਆਹ ਆਪਣਾ ਰੇਤਾ ਪਾਇਆ ਹੋਇਆ, ਆਏ ਸਾਲ ਘੋੜੇ ਇੱਥੇ ਖੜਦੇ ਆ, ਤੇ ਬਾਕੀ ਸਾਰੇ ਵੀਰ ਪਹੁੰਚੇ ਆ। ਤੇ ਇਸ ਵਾਰੀ ਅਸੀਂ ਟਰੈਕਟਰ ਨਹੀਂ ਲੈ ਕੇ ਆਏ ਕਿਉਂਕਿ ਰੇਤਾ ਵਾਲਾ ਪੱਟਿਆ ਜਾਂਦਾ ਕਹਿੰਦੇ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਉਰੇ ਰਾਊਂਡ ਅਪ ਸਪਰੇਅ ਕਰਾਂਗੇ, 2 ਦਿਨਾਂ ਬਾਅਦ ਕੱਖ ਸਾਰੇ ਸੁੱਕ ਜਾਣੇ ਆ। ਤੇ ਉਸ ਤੋਂ ਬਾਅਦ ਮਿੱਤਰੋ ਆਪਾਂ ਇੱਥੇ ਕੱਖ ਵਗੈਰਾ ਇਕੱਠੇ ਕਰਕੇ ਸਫਾਈ ਕਰਨੀ ਆ ਪੂਰੀ। ਤੇ ਇੱਧਰ ਸਾਡੇ ਮੈਸ ਤੋਂ ਬਲਜਿੰਦਰ ਭਾਜੀ ਹੋਣੀ। ਸਤਿ ਸ਼੍ਰੀ ਅਕਾਲ ਵੀਰੇ, ਸਾਰਿਆਂ ਨੂੰ, ਹੋਰ ਠੀਕ ਠਾਕ ਹੋ ਜੀ ਸਾਰੇ? ਤੇ ਸਭ ਤੋਂ ਪਹਿਲਾਂ ਜੀ ਇੱਧਰ ਮਨਜਿੰਦਰ ਭਾਜੀ ਹੈ ਨਾ, ਤੇ ਬਾਈ ਜੀ। ਤੇ ਜਦੋਂ ਆਪਾਂ ਨੂੰ ਪਤਾ ਲੱਗਿਆ, ਕਾਲੀ ਵੀਰੇ ਨੇ ਦੱਸਿਆ ਵੀ ਜਿਹੜੀ ਮੰਡੀ ਤੇ ਸਭ ਤੋਂ ਪਹਿਲਾਂ ਯੋਗਦਾਨ ਸੀਗਾ ਹੈ ਨਾ, ਉਹ ਬਲਜਿੰਦਰ ਭਾਜੀ ਦੇ ਆਪਣਾ ਫਾਦਰ ਸਾਹਿਬ ਦਾ ਸੀਗਾ, ਉਹਨਾਂ ਨੇ ਮੰਡੀ ਲੱਗਣੀ ਸਟਾਰਟ ਕੀਤੀ ਸੀ। ਉਹ ਕੀ ਸੀਗਾ ਵੀਰੇ ਸਿਸਟਮ, ਸਾਰਾ ਦੱਸਿਓ। ਉਦੋਂ ਬਾਈ ਪਹਿਲਾਂ ਇਹ ਗਧਿਆਂ ਤੇ ਖੱਚਰਾਂ ਦੀ ਮੰਡੀ ਹੁੰਦੀ, ਠੀਕ ਹੈ ਜੀ? ਘੋੜਿਆਂ ਦੀ ਤਾਂ ਬਲਜਿੰਦਰ ਦੇ ਡੈਡੀ ਨੇ ਲੱਗਣਾ, ਠੀਕ ਹੈ? ਤੇ ਵੀਰੇ ਤੁਹਾਨੂੰ ਪੂਰਾ ਸ਼ੌਂਕ ਹੈ ਘੋੜਿਆਂ ਦਾ? ਅੱਜ ਸਾਲ ਮੈਂ ਤੁਹਾਨੂੰ ਮੰਡੀ ਤੇ ਦੇਖਦਾ ਹੁੰਦਾ, ਬਹੁਤ ਸ਼ੌਂਕ ਹੈ, ਠੀਕ ਹੈ ਜੀ? ਤੇ ਹੋਰ ਆਪਾਂ ਨੇ ਘੋੜੇ ਰੱਖੇ ਆਪਾਂ ਨੇ ਪਹਿਲਾਂ ਤਾਂ ਸ਼ੁਰੂ, ਮੈਂ ਬਾਹਰ ਚਲਿਆ ਗਿਆ ਸੀ, ਹਾਂਜੀ, ਤੇ ਫਾਦਰ ਸਾਹਿਬ ਉਹਨਾਂ ਕੋਲੇ ਪਹਿਲਾਂ ਪੂਰੇ ਸੀ, ਠੀਕ? ਉਦੋਂ ਸਵਾਰੀ ਪੂਰੀ ਕਰਦੇ ਹੁੰਦੇ ਸੀ? ਬਿਲਕੁਲ ਬਿਲਕੁਲ, 35-40 ਘੋੜੇ ਹੁੰਦੇ ਸੀ। ਅੱਛਾ ਜੀ। ਤੇ ਇੱਧਰ ਬਾਈ ਵਕੀਲ ਹੋਣੀ, ਇਹਨਾਂ ਨੇ ਸਭ ਤੋਂ ਜ਼ਿਆਦਾ ਪਹਿਲੇ ਏਰੀਏ ਚ ਨੌਕਰਾ ਇਹਨਾਂ ਨੇ ਪੈਦਾ ਕਰਿਆ, ਠੀਕ ਹੈ? ਜਿਹੜਾ ਆਪਣੇ ਏਰੀਏ ਚ ਆਇਆ ਸੀਗਾ ਅੰਬੋਰ ਵਾਲੇ ਦਾ, ਅੰਬੋਰ ਵਾਲੇ ਦਾ ਬੱਚਾ। ਅੱਛਾ, ਉਹ ਆਪਣੇ ਕੋਲ ਸੀਗਾ ਉਦੋਂ? ਉਹ ਘੋੜਾ 2 ਘੰਟਿਆਂ ਬਾਅਦ ਘੋੜੀ ਤੇ ਛੱਡਦੇ ਹੁੰਦੇ ਸੀ, 5 ਮਿੰਟ ਵੀ ਬੰਦਾ ਲੇਟ ਹੋ ਜੇ ਘੋੜਾ ਨਹੀਂ ਸੀ ਛੱਡਦੇ, ਠੀਕ ਹੈ? ਉਦੋਂ ਫੀਸ ਵਗੈਰਾ ਕੀ ਹੁੰਦੀ ਸੀ ਗਾਲੀ ਵੀਰੇ? ਉਦੋਂ 2100 ਰੁਪਇਆ ਦੀ, ਹਾਂ 2100 ਰੁਪਇਆ ਸੀ, ਬਾਕੀ ਜਿਹੜਾ ਕੋਈ ਦੇਗਾ ਤੜਾਉਂਦਾ ਸੀ ਚੱਲ ਜਾਂਦਾ ਸੀ, ਜਿਹੜਾ ਕੋਈ ਦਿਲੋਂ ਹੌਰਸ ਲਵਰ ਹੁੰਦਾ ਸੀ ਉਹਨੂੰ ਕੋਈ ਚੱਕਰ ਨਹੀਂ। ਤੇ ਬਾਕੀ ਵਕੀਲ ਵੀਰ ਉਹਨੇ ਵੀ ਐਕਤੀ ਆਪਣਾ ਘੋੜਾ ਉਰੇ ਮੰਡੀ ਦੇ ਉੱਤੇ ਲੈ ਕੇ ਆਉਣਗੇ। ਤੇ ਆਪਣੇ ਘੋੜੇ ਬਾਰੇ ਪਾਇਓ ਜੀ ਚਾਨਣਾ। ਆਪਣੇ ਵੀਰੇ ਨੁਕਰਾ ਬਸ਼ੇਰਾ ਹੈਗਾ, ਹਾਂਜੀ, 2 ਦੰਦ ਲੱਗਿਆ ਸੀਗਾ ਤੇ 65+ ਹਾਈਟ ਹੈ ਜੀ।
ਤੇ ਬਾਕੀ ਮਿੱਤਰ ਕਿਹੜੇ ਬਿਤਾਬ ਦਾ ਬੱਚਾ ਤੇ ਆ ਘੋੜੇ ਵਾਲੇ ਦਾ ਦਿਲ ਐਡਾ ਵੱਡਾ ਹੁੰਦਾ ਮਿੱਤਰੋ ਬਾਈ ਵਕੀਲ ਉਹਨਾਂ ਨੇ ਵੀ ਸਾਰਿਆਂ ਨੇ ਕਹਿਤਾ ਜਿੰਨੇ ਵੀ ਇਸ ਵਾਰੀ ਆਪਣੇ ਸਟਾਲੀਅਨ ਇਸ ਜਗ੍ਹਾ ਦੇ ਉੱਤੇ ਆਉਣਗੇ ਵੀ ਸਟੱਡ ਸਰਵਿਸ ਜਿੰਨੇ ਦਿਨ ਘੋੜਾ ਰੂ ਫ੍ਰੀ ਹੈ ਠੀਕ ਹੈ ਜੀ ਇਹ ਖੁੱਲੇ ਸੱਦਿਆ ਮਿੱਤਰੋ ਨੋਟ ਕਰ ਲਿਓ ਵੀਰੇ ਮਨਜਿੰਦਰ ਵੀਰਾ ਸੋਰੀ ਤੇ ਜੌਲੀ ਵੀਰੇ ਹੋਣੀ ਬਾਕੀ ਵੀਰੇ ਦੇ ਨਾਲ ਆਇਆ ਤੇ ਬਸ ਮੰਡੀ ਦੀ ਡੇਟ ਨੋਟ ਕਰ ਲਓ 8, 9, 10, 11, 12 ਅਸਲ ਵਿੱਚ ਘੋੜੇ ਹਾਂ ਇੱਧਰ ਵੀਰਾ ਸੱਚੋ ਕਿਹੜਾ ਵੀਰਾ ਤੇ ਵੀਰੇ ਟੈਟੂ ਬਹੁਤ ਸੋਹਣੇ ਲੱਗਦੇ ਤੁਹਾਡੇ ਅੱਛਾ ਤੇ ਤੁਸੀਂ ਉੱਧਰ ਆਏ ਹੋ ਆਪਣੇ ਸਰੀਰ ਤੇ ਬਣਾਇਆ ਇਹਨਾਂ ਦੀ ਕੀਮਤ 16 ਲੱਖ ਰੁਪਈਆ ਮਿੱਤਰੋ ਠੀਕ ਹੈ ਇਹ ਬਾਈ ਵੀ ਆਪਣੇ ਨਾਭੇ ਤੋਂ ਆਪਾਂ ਨੂੰ ਕਿਹੜੀ ਚੀਜ਼ ਦਾ ਸ਼ੌਂਕ ਹੈ ਜੀ ਬਹੁਤ ਵਧੀਆ ਗੱਲ ਹੈ ਵੀਰੇ ਫਿਰ ਤਾਂ ਮੰਗੂੜੀ ਗੱਗੜਪੁਰ ਤੋਂ ਕਹਿੰਦੇ ਪਹੁੰਚ ਗਿਆ ਮਿੱਤਰੋ ਆ ਮੋਟਾ ਜਿਹਾ ਮੁੰਡਾ ਜਿਹੜਾ ਇਹ ਸੁਨਾਮ ਤੋਂ ਆ ਨਵੀਂ ਸੁਨਾਮ ਵਾਲਾ ਕਿਵੇਂ ਆ ਵੀਰੇ ਠੀਕ ਹੈ ਵੀਰੇ ਤਾਂ ਇੰਨਾ ਚਾਓ ਆ ਮੰਡੀ ਲਾਉਣ ਦਾ ਵੀਰੇ ਤਾਂ ਕਹਿੰਦਾ ਮੈਂ ਅੱਜੇ ਘੋੜਾ ਲੈ ਕੇ ਆ ਰਿਹਾ ਟੈਂਪੂ ਚਾੜ ਕੇ ਮਾਰਤੀ ਜੀ ਸਾਰੇ ਕਿਤੇ ਸਪਰੇ ਧੰਨਵਾਦ ਵੀਰੇ ਸਾਰੀ ਮੰਡੀ ਚ ਕਰੇਗਾ ਫਿਰ ਅੱਜ ਨਾ ਆਪਾਂ ਆਪਦੇ ਰਸਤੇ ਤੇ ਕਰਾਂਗੇ ਠੀਕ ਹੈ ਠੀਕ ਮਾਂ ਕਿਤੇ ਸਾਰੀ ਮੰਡੀ ਦਾ ਠੇਕਾ ਲੈ ਲਿਆ ਸਾਰੀ ਦਾ ਦਿਲ ਲੈਣਗੇ ਠੀਕ ਹੈ ਠੇਕੇ ਵਾਲੇ ਕਿਹੜਾ ਕਰਦੇ ਨੇ ਬਈ ਠੇਕੇ ਲੈ ਗੱਲ ਤਾਂ ਸਹੀ ਹੈ ਜੋ ਕਰਨ ਫਿਰ ਆਪਾਂ ਨੂੰ ਕੀ ਲੋੜ ਹੈ ਬਈ ਜੇ ਮੱਝਾਂ ਮੁੱਝਾਂ ਦੀ ਮੰਡੀ ਲੰਗਰ ਲੱਗ ਜੇ ਫਿਰ ਤਾਂ ਸਫਾਈ ਪੂਰੀ ਰਹਿ ਜਾਂਦੀ ਹੈ ਬਈ ਫਿਰ ਕਿੱਥੇ ਰਹਿੰਦੀ ਹੈ ਫਿਰ ਤਾਂ ਹਨਾ ਹੈ ਆ ਮੈਂ ਉਹੀ ਗੱਲ ਕਰਦਾ ਵੀ ਠੇਕਾ ਲੈ ਲਿਆ ਪੰਪ ਦਾ ਰੇਟ ਸਭ ਤੋਂ ਘੱਟ 40 ਰੁਪਏ ਅੱਛਾ ਬਣ ਠਣ ਕੇ ਪੂਰਾ ਇਹ ਵੀ ਵੱਖਰੀ ਗੱਲ ਹੈ ਕਿਆ ਦੇਖੋ ਸਬੂਤ ਵੀ ਸ਼ੌਂਕ ਵਜੇ ਸਪਰੇ ਕਰਦੇ ਆ ਕਰਨ ਵੇਲੇ ਖੇਤਾਂ ਚ ਕਹਿੰਦੇ ਕਰੀ ਨੀ ਮੈਂ ਹੁਣ ਸ਼ੌਂਕ ਪੂਰਾ ਕਰਦੇ ਆ ਬਾਪੂ ਗਾਲਾਂ ਕੱਢੀ ਜਾਂਦਾ ਨਿੱਕੇ ਨਿੱਕੇ ਨਿਆਣੇ ਮੰਨਦੇ ਬੜੇ ਸਿਆਣੇ ਲੋ ਬੇਟਾ ਛਤਰੀ ਤੇਰੇ ਕੋ ਗਿਫਟ ਰੱਖ ਲੋ ਮੀਂਹ ਆਨੇ ਪਰ ਲੜਕੀ ਕੋ ਦੇ ਦੇਣਾ ਦੇ ਆਪਣੀ ਤੇਰੀ ਬਹਿਣ ਲਗਤੀ ਹੈ ਕਿਆ ਨਾਮ ਹੈ ਤੇਰਾ ਹਾਂ ਹਰਸ਼ਹਿਤ ਆਪਕੀ ਬਹਿਣ ਕਾ ਸ਼ੁਭਨੀਤ ਕੌਰ ਦੋਨੇ ਬਹਿਣ ਭਾਈ ਹੋ ਨਹੀਂ ਸੁਪਨੀਤ ਕੌਰ ਤੋੜਨਾ ਮਤ ਬੇਟਾ ਕੌਣ ਸੀ ਕਲਾਸ ਮੈਂ ਪੜ੍ਹਤੇ ਹੋ ਨਰਸਰੀ ਆਪ ਪੱਕਾ ਮੇਰੀ ਹਿੰਦੀ ਕੈਸੀ ਲੱਗੀ ਅੱਛੀ ਸੀ ਤੇ ਬੱਕਰੀਆਂ ਲੈ ਕੇ ਆਏ ਨੇ ਘੈਂਟ ਜਵਾਕ ਇਹਨਾਂ ਨੂੰ ਤੇਰੀ ਦਾਦੀ ਸਾਂਭਦੀ ਆ ਤੂੰ ਰੱਖਦਾ ਬਸ ਇਕੱਲਾ ਹਾਂਜੀ ਫਿਰ ਡਿਊਟੀ ਦਾਦੀ ਨੇ ਸਾਂਭ ਲਈ ਠੀਕ ਹੈ ਯਾਨੀ ਕਿ ਉਹਨਾਂ ਦਾ ਸ਼ੌਂਕ ਪੂਰਾ ਦਾਦੇ ਦਾ ਤੇਰੇ ਦਾ ਜਾਰੀ ਰੱਖਦੀ ਆ ਦਾਦੀ ਹੈਨਾ ਫਿਰ ਅੱਗੇ ਤੁਹਾਡੀ ਡਿਊਟੀ ਲਾਤੀ ਦੋਨਾਂ ਦੀ ਠੀਕ ਹੈ ਫਿਰ ਹੁਣ ਕੀ ਨਾਮ ਰੱਖਿਆ ਹੋਇਆ ਬੱਕਰਿਆਂ ਦਾ ਬੱਕਰਿਆਂ ਦਾ ਨਾਮ ਹਾਂ ਫਿਰ ਤੂੰ ਆਪਣਾ ਨਾਮ ਰੱਖ ਲਿਆ ਇਹਨਾਂ ਤੋਂ ਕਾਹਤੋਂ ਰੱਖਿਆ ਹੈ ਬੋਲੋ ਸੋਰੀ ਬੋਲੋ ਪਹਿਲਾਂ
ਸੌਰੀ ਕਹੋ ਸੌਰੀ ਹਾਂ ਹੁਣ ਦੱਸੋ ਦੁਬਾਰਾ ਕੀ ਕਹਿੰਦੇ ਸੀ ਹੁਣ ਮੈਂ ਜਾਵਾਂ ਯਾਰ ਵੀ ਇੰਨੇ ਸਾਰੇ ਬੱਕਰੀਆਂ ਨਾਲਾਂ ਦੇ ਨਾਮ ਨਹੀਂ ਰੱਖੇ ਜਾਂਦੇ ਅੱਛਾ ਭੁੱਲ ਜਾਂਦੇ ਹੋ ਠੀਕ ਹੈ ਤੇ ਮੰਡੀ ਦੇ ਵਿੱਚ ਸਾਰੇ ਵੀਰ ਜ਼ਰੂਰ ਪਹੁੰਚਿਓ ਤੇ ਬਾਕੀ ਬਰਸਤ ਸਾਹਿਬ ਦੀ ਵੀ ਰਾਏ ਲੈ ਲੈਂਦੇ ਹਾਂ ਬਰਸਤ ਸਾਹਿਬ ਜ਼ਰੂਰ ਪਹੁੰਚੋਗੇ ਤੇ ਤੁਹਾਡੇ ਚਾਹਣ ਵਾਲੇ ਫੈਨਾਂ ਨੂੰ ਦਰਸ਼ਨ ਦਿਓਗੇ ਜੀ ਪੱਕਾ ਜੀ ਆਪਣੇ ਘੋੜੇ ਆਉਣੇ ਨੇ ਉਰੇ ਹਾਂ ਘੋੜੇ ਆਉਣੇ ਆ ਬਾਬਾ ਜੀ ਤੇ ਚਲੋ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਇਸ ਵਕਤ ਅਸੀਂ ਮਿੱਤਰੋ ਨਾਭੇ ਮੰਡੀ 'ਚ ਆ ਜਿਹੜੀ ਨਾਭੇ ਮੰਡੀ ਦੀ ਡੇਟ ਸੀ ਉਹ 8 ਤੋਂ ਲੈ ਕੇ 12 ਤਰੀਕ ਤੱਕ ਆ ਸੋ ਸਾਰੇ ਵੀਰ ਵੱਧ ਚੜ ਕੇ ਪਹੁੰਚ ਕੇ ਲਾਇਓ ਮੰਡੀ ਦੇ ਵਿੱਚ ਰੌਣਕਾਂ ਆਲੇ ਦੁਆਲੇ ਘੁੰਮਾ ਕੇ ਕੈਮਰਾ ਦਿਖਾ ਦੇ ਵੀਰੇ ਹਨਾ ਹੁਣ ਮੰਡੀ ਦੀ ਕੰਡੀਸ਼ਨ ਕੀ ਆ ਤੇ ਉਰੇ ਖੱਬਲ ਕੱਖ ਕਿੰਨੇ ਆ ਤੇ ਘੋੜੇ ਵਾਲਿਆਂ ਨੂੰ ਇੰਨਾ ਸ਼ੌਂਕ ਆ ਤੇ ਤੁਸੀਂ 10 11 12 ਤਰੀਕ ਨੂੰ ਆ ਕੇ ਦੇਖਿਓ ਉਰੇ ਕਿੰਨੀਆਂ ਰੌਣਕਾਂ ਲੱਗੀਆਂ ਵੀ ਹੋਣੀਆਂ ਇੱਥੋਂ ਪਤਾ ਲੱਗਦਾ ਵੀ ਘੋੜੇ ਪ੍ਰੇਮੀਆਂ ਦਾ ਕਿੰਨਾ ਦਿਲੋਂ ਪਿਆਰਾ ਘੋੜਿਆਂ ਦੇ ਨਾਲ ਤੇ ਬਾਕੀ ਦੂਜੀ ਗੱਲ ਇਹ ਆ ਮਿੱਤਰੋ ਜੇ ਕਿਸੇ ਨਵੇਂ ਵੀਰ ਨੂੰ ਘੋੜਿਆਂ ਰੱਖਣ ਦਾ ਸ਼ੌਂਕ ਆ ਤੁਸੀਂ ਨਾਭੇ ਮੰਡੀ ਤੇ ਆ ਜਾਓ ਤੇ ਬਹੁਤ ਭਾਅ ਦੇ ਜਾਨਵਰ ਮਿਲਦੇ ਆ ਜੀ ਇਸ ਮੰਡੀ ਤੇ ਤੇ ਤੁਸੀਂ ਆ ਕੇ ਉਰੋਂ ਜਾਨਵਰ ਖਰੀਦ ਸਕਦੇ ਹੋ ਜੀ ਤੁਹਾਡਾ ਸੀ ਸ਼ੌਂਕ ਨਹੀਂ ਮਰਨੇ ਦੇ ਅੱਜ ਕੱਲ ਘੋੜਿਆਂ ਦੀਆਂ ਫੀਸਾਂ ਬਹੁਤ ਵੱਡੀਆਂ ਵੱਡੀਆਂ ਲੈਣ ਲੱਗ ਗਏ ਕੋਈ 31000 ਕੋਈ 52000 ਕੋਈ 50000 ਤੇ ਸਾਰੇ ਭਰਾ ਜਿਹੜੇ ਮੇਰੇ ਪਿੱਛੇ ਖੜੇ ਇਹਨਾਂ ਕੋਲੇ ਸਾਰਿਆਂ ਕੋਲੇ ਇੱਕ ਇੱਕ ਘੋੜਾ ਰੱਖਿਆ ਹੋਇਆ ਇਹ ਜਮਾ ਖੁੰਜੇ ਦੇ ਵਿੱਚ ਆ ਕੇ ਤੁਸੀਂ ਘੋੜੇ ਦੇਖ ਲਿਓ ਸਟੱਡ ਸਰਵਿਸ ਬਿਲਕੁਲ ਹੀ ਫ੍ਰੀ ਆ ਜੇ ਮੰਡੀ ਦੇ ਵਿੱਚੋਂ ਕੋਈ ਵੀ ਵੀਰ ਜਿੱਥੋਂ ਮਰਜ਼ੀ ਆ ਕੇ ਘੋੜੀ ਖਰੀਦਦਾ ਉਰੀ ਭਰਾਉਂਦਾ 11 ਤਰੀਕ ਤੱਕ ਸਟੱਡ ਸਰਵਿਸ ਬਿਲਕੁਲ ਫ੍ਰੀ ਆ ਸਾਰੇ ਘੋੜਿਆਂ ਦੀ ਹਾਂਜੀ ਹੈਨਾ ਜੇ ਬਾਈ ਗਰੀਬ ਬੰਦਾ ਨਹੀਂ ਉਹਦੀ ਰਹੀ ਬੇਸ਼ੱਕ ਘਰੋਂ ਭਰਾ ਕੇ ਲੈ ਕਾਲੀ ਵੀਰਾ ਕਹਿੰਦਾ ਵੀ ਇੱਕ ਵਾਰੀ ਤੁਸੀਂ ਮੰਡੀ ਤੇ ਭਰਾ ਲਈ ਤੁਹਾਨੂੰ ਫ੍ਰੀ ਛੱਡਾਂਗੇ ਘੋੜਾ ਜੇ ਬਾਅਦ ਦੇ ਵਿੱਚ ਤੁਹਾਡੀ ਘੋੜੀ ਨਹੀਂ ਰਹਿੰਦੀ ਤਾਂ ਸਾਡੇ ਘਰੇ ਆ ਕੇ ਬਿਲਕੁਲ ਫ੍ਰੀ ਭਰਾ ਲਿਓ ਉਹ ਕੋਈ ਚੱਕਰ ਨਹੀਂ ਸਾਡਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਸਾਰੇ ਵੀਰ ਬਾਅਦ ਚੜ ਕੇ ਪਹੁੰਚਿਓ ਜੀ